ਇੱਕ ਪੁੱਤ ਨੇ ਆਪਣੀ ਹੀ ਮਾਂ ਦੇ ਗਲ ਤੇ 12 ਵਾਰ ਚਾਕੂ ਦੇ ਨਾਲ ਵਾਰ ਕੀਤਾ। ਦਰਅਸਲ ਇਹ ਪੁੱਤ ਨਸ਼ੇ ਦਾ ਆਦੀ ਸੀ। ਮਾਂ ਦੇ ਨਾਲ ਲੜਾਈ ਹੁੰਦੀ ਹੈ, ਜਿਸ ਤੋਂ ਬਾਅਦ ਇਹ ਚਾਕੂ ਦੇ ਨਾਲ ਆਪਣੀ ਮਾਂ ਦਾ ਗਲਾ ਵੱਢ ਦਿੰਦਾ ਹੈ। ਇਸ ਔਰਤ ਦਾ ਦਿਨ ਦਿਹਾੜੇ ਆਪਣੇ ਹੀ ਪੁੱਤ ਵੱਲੋਂ ਕਤਲ ਕੀਤਾ ਗਿਆ। ਆਪਣੇ ਕੁੱਖੋਂ ਜੰਮੇ ਨੇ ਵੱਢਤਾ ਇਸਦਾ ਗਲਾ। ਮੁੰਡੇ ਨੇ ਆਪਣੀ ਹੀ ਮਾਂ ਮਾਰਤੀ। ਦੱਸਦੀ ਹੈ ਕਿ ਘਰ ਦੇ ਵਿੱਚ 24 ਘੰਟੇ ਇਸ ਮੁੰਡੇ ਨੇ ਆਪਣੀ ਮਾਂ ਦਾ ਕਤਲ ਕਰਕੇ ਲਾਸ਼ ਰੱਖੀ, ਫਿਰ ਲਾਸ਼ ਦੇ ਨਾਲ ਪੂਰੇ ਇੱਕ ਦਿਨ ਤੱਕ ਘਰ ਦੇ ਵਿੱਚ ਇਕੱਲਾ ਰਿਹਾ। ਅਗਲੇ ਦਿਨ ਪਿਤਾ ਦੇ ਆਉਣ 'ਤੇ ਇਹ ਘਰੋਂ ਭੱਜ ਗਿਆ ਅਤੇ ਆਪ ਹੀ ਗੁਆਂਢੀ ਨੂੰ ਫੋਨ ਕਰਕੇ ਮਾਂ ਦੇ ਕਤਲ ਦੀ ਜਾਣਕਾਰੀ ਦਿੱਤੀ। ਮੁੰਡੇ ਨੇ ਮਾਂ ਦੇ ਗਲ 'ਤੇ 12 ਵਾਰ ਤੇਜ਼ਧਾਰ ਚਾਕੂ ਦੇ ਨਾਲ ਹਮਲਾ ਕੀਤਾ, ਜਿਸ ਦੇ ਵਿੱਚ ਮਾਂ ਦੀ ਮੌਤ ਹੋ ਗਈ। ਤਾਂ ਇਹ ਮਾਮਲਾ ਗੁਆਂਢੀ ਸੂਬੇ ਹਰਿਆਣੇ ਦੇ ਰੋਹਤਕ ਦੇ ਆਜ਼ਾਦਗੜ੍ਹ ਮੁਹੱਲੇ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਕਲਯੁਗੀ ਮੁੰਡੇ ਨੇ ਆਪਣੀ ਮਾਂ ਦੀ ਕੁੱਖ 'ਤੇ ਦਾਗ ਲਗਾ ਦਿੱਤਾ ਹੈ। ਆਪ ਦੇ ਕੁੱਖੋਂ ਜੰਮੇ ਨੇ ਇਸ ਔਰਤ ਦਾ ਗਲਾ ਵੱਢ ਦਿੱਤਾ। ਦਰਅਸਲ ਇਸ ਔਰਤ ਦੇ ਦੋ ਮੁੰਡੇ ਸੀ। ਇੱਕ ਮੁੰਡਾ ਬਾਹਰ ਰਹਿੰਦਾ ਸੀ ਅਤੇ ਇਹ ਜਿਹੜਾ ਛੋਟਾ ਮੁੰਡਾ ਸੀ ਇਹ ਇਸ ਔਰਤ ਅਤੇ ਉਸਦੇ ਪਤੀ ਯਾਨੀ ਕਿ ਆਪਣੇ ਮਾਤਾ ਪਿਤਾ ਦੇ ਨਾਲ ਇਸ ਘਰ ਦੇ ਵਿੱਚ ਰਹਿੰਦਾ ਸੀ। ਪਿਤਾ ਆਪਣੇ ਵੱਡੇ ਮੁੰਡੇ ਦੇ ਕੋਲ ਸ਼ਹਿਰ ਗਿਆ ਸੀ ਤਾਂ ਪਿੱਛਿਓਂ ਮਾਂ ਅਤੇ ਛੋਟਾ ਮੁੰਡਾ ਘਰ ਦੇ ਵਿੱਚ ਇਕੱਲੇ ਸਨ। ਛੋਟਾ ਮੁੰਡਾ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਨਸ਼ੇ ਦਾ ਆਦੀ ਸੀ। ਇਸ ਦੇ ਚੱਲਦਿਆਂ ਹੀ ਮਾਂ ਦੇ ਨਾਲ ਉਸਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਉਸ ਚਾਕੂ ਚੱਕਦਾ ਹੈ ਅਤੇ ਸਿੱਧਾ ਆਪਣੀ ਮਾਂ ਦੇ ਗਲ 'ਤੇ 12 ਵਾਰ ਵਾਰ ਕਰ ਦਿੰਦਾ ਹੈ, ਜਿਸ ਕਰਕੇ ਮਾਂ ਦੀ ਮੌਕੇ 'ਤੇ ਮੌਤ ਹੋ ਜਾਂਦੀ ਹੈ। ਫਿਰ ਇਹ ਸਿਰਫਰਾ ਮੁੰਡਾ ਆਪਣੀ ਮਾਂ ਦੇ ਨਾਲ 24 ਘੰਟੇ ਤੱਕ ਇਸ ਘਰ ਦੇ ਵਿੱਚ ਇਕੱਲਾ ਰਹਿੰਦਾ ਹੈ ਅਤੇ ਪਿਤਾ ਦੇ ਆਉਣ 'ਤੇ ਘਰੋਂ ਭੱਜ ਜਾਂਦਾ ਹੈ। ਫਿਰ ਆਪ ਹੀ ਗੁਆਂਢੀ ਨੂੰ ਕਾਲ ਕਰਕੇ ਜਾਣਕਾਰੀ ਦਿੰਦਾ ਹੈ ਕਿ ਉਸਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚਦੀ ਹੈ ਅਤੇ ਹੁਣ ਪੁਲਿਸ ਮੁੰਡੇ ਨੂੰ ਫੜਨ ਦੇ ਵਿੱਚ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ। ਆਓ ਪੁਲਿਸ ਦੇ ਕੋਲੋਂ ਜਾਣਦੇ ਹਾਂ ਕਿ ਕਿਹੜੀਆਂ ਧਾਰਾਵਾਂ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁੰਡੇ ਨੂੰ ਫੜਨ ਦੇ ਲਈ ਕੀ ਕੁਝ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਬਾਈ ਸੁਨੀਤਾ ਬਾਈ ਫੋਰ ਰਣਵੀਰ ਸਿੰਘ ਵਾਸੀ ਉੱਤਮ ਨਗਰ ਕੀ ਸੂਚਨਾ ਮਿਲੀ ਸੀ ਬਈ ਇਸਕੀ ਜੋ ਰਣਵੀਰ ਕੀ ਘਰੇ ਵਾਲੀ ਹੈ ਜੋ ਵੀ ਅੰਦਰ ਮ੍ਰਿਤ ਅਵਸਥਾ ਪੜੀ ਹੈ ਜਿਸਕਾ ਚੈੱਕ ਕਿਆ ਜੋ ਮ੍ਰਿਤ ਅਵਸਥਾ ਮਿਲੀ ਜਿਸਕੋ ਮਾਰਕੀਟ ਗਿਰਿਆ ਹੁਆ ਜਿਸਕੋ ਨਕਲੀ ਚੀਜ਼ ਵਾਰ ਕੀਆ ਹੋਇਆ ਹੈ ਔਰ ਉਸਕਾ ਬਾਅਦ ਪੋਸਟਮਾਰਟਮ ਉਸ ਕਾਰਵਾਈ ਮਿਲੀ ਜਾ ਰਹੀ ਹੈ। ਕਹਾਂ ਪੇ ਚੋਟ ਕੇ ਨਿਸ਼ਾਨ ਹੈ ਸਰ? ਨੜ ਪਰ, ਗਰਦਨ ਮੇਂ। तो क्या ये बताया जा रहा है कि इनका बेटा जो है नशे का आदी था? देखो कह रहे हैं आदी था उसका लड़का और उसके बारे में बात तफ्तीश जो सामने आएंगे देखेंगे। तो ये क्या रिटायर पुलिसकर्मी थे? हाँ रिटायर पुलिसकर्मी। तो क्या रात को ही हत्या हुई थी सर ऐसा? देखो तो अंदाजा लगा रहे हैं कल रात पे हो सकती है, वो तो बाद पोस्टमार्टम पता चलेगा।